ਦੋਸਤੋ ਤੁਸੀਂ ਵੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਕਰੋ ਪ੍ਰੈਸ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਤੁਹਾਡੇ ਵਾਸਤੇ ਤੁਹਾਡਾ ਵੀ ਨਦੀਮ ਖਰਲ ਹਮੇਸ਼ਾ ਬਿਹਤਰੀਨ ਤੇ ਖੂਬਸੂਰਤ ਤਰੀਨ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦਾ ਹੈ। ਅੱਜ ਵੀ ਤੁਹਾਡੇ ਵਾਸਤੇ ਇੱਕ ਬੜੀ ਅਨਮੋਲ ਔਰ ਖੂਬਸੂਰਤ ਤਰੀਨ ਗਾਂ ਸਾਹੀਵਾਲ ਦੇ ਵਿੱਚ ਕ੍ਰਾਸ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ। ਬੜੀ ਆਲਾ ਨਸਲ ਦੀ ਹੈ ਔਰ ਮੇਰੇ ਉਹਨਾਂ ਸਾਰੇ ਫਾਲੋਅਰਸ ਨੂੰ, ਸਾਰੇ ਸਬਸਕ੍ਰਾਈਬਰ ਨੂੰ, ਜਨਾਬ ਨਦੀਮ ਖਰਲ ਦੀ ਪੂਰੀ ਟੀਮ, ਆਪਣਾ ਦੇਸ਼ ਪੰਜਾਬ ਟੀਵੀ ਦੀ ਪੂਰੀ ਟੀਮ ਵੱਲੋਂ ਜਨਾਬ ਮੁਬਾਰਕਬਾਦ। 1 ਲੱਖ ਸਬਸਕ੍ਰਾਈਬਰ ਪੂਰੇ ਹੋਣ 'ਤੇ ਅਸੀਂ ਪਲੱਸ ਕਰ ਚੁੱਕੇ ਹਾਂ, ਇਹ ਅਚੀਵ ਕਰ ਚੁੱਕੇ ਹਾਂ। ਸਾਰੀਆਂ ਤੁਹਾਡੀਆਂ ਮੁਹੱਬਤਾਂ ਨੇ, ਸਾਰੀਆਂ ਤੁਹਾਡੀਆਂ ਚਾਹਤਾਂ ਨੇ ਔਰ ਸਾਰੇ ਤੁਹਾਡਾ ਪਿਆਰ ਹੈ ਜਨਾਬ। ਇਹਦੇ 'ਚ ਸਿਰਫ ਚਾਹਤਾਂ ਹੀ ਤੁਹਾਡੀਆਂ ਹੈ ਨੇ। ਅਸੀਂ 1 ਲੱਖ ਦਾ ਇਹ ਫਿਗਰ ਅਬੂਰ ਕਰ ਲਿਆ, ਇਨਸ਼ਾ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਵਾਸਤੇ ਤੁਹਾਡਾ ਵੀ ਨਦੀਮ ਖਰਲ ਸਿਲਵਰ ਬਟਨ ਜਿਹੜਾ ਹੈ ਉਹ ਤੁਹਾਡੇ ਵਾਸਤੇ ਲੈ ਕੇ ਆਏਗਾ, ਔਰ ਇਨਸ਼ਾ ਤੁਸੀਂ ਉਹ ਵੀ ਤੁਹਾਡੀਆਂ ਮੁਹੱਬਤਾਂ ਦੇ ਚਾਹਤਾਂ ਦਾ ਇੱਕ ਪੈਕਰ ਹੋਣਾ ਜਨਾਬ। ਅੱਜ ਵਾਲੀ ਵੀਡੀਓ ਬੇਹੱਦ ਲਾਜਵਾਬ ਹੋਣ ਵਾਲੀ ਹੈ ਔਰ ਤੁਸੀਂ ਇਹਨੂੰ ਆਖਰ ਤੱਕ ਵੇਖਣਾ ਹੈ ਔਰ ਤੁਸੀਂ ਕਮੈਂਟ ਵੀ ਕਰਨਾ ਹੈ, ਲਾਈਕ ਵੀ ਕਰਨਾ ਹੈ, ਸ਼ੇਅਰ ਵੀ ਕਰਨਾ ਹੈ ਔਰ ਮੁਹੱਬਤਾਂ ਵੀ ਦੇਣੀਆਂ ਨੇ ਜਨਾਬ। ਅੱਜ ਤੁਹਾਡੇ ਵਾਸਤੇ ਇੱਕ ਸਹੀਵਾਲ ਕ੍ਰਾਸ ਦੇ ਵਿੱਚ ਗਾਂ ਦੀ ਇੱਕ ਵੀਡੀਓ ਹੈ, ਉਹ ਤੁਹਾਨੂੰ ਦਿਖਾਉਂਦੇ ਹਾਂ ਔਰ ਇਨਸ਼ਾਅੱਲਾ ਮਾਲਕ ਨਾਲ ਸਾਰੀਆਂ ਗੱਲਾਂ ਕਰਾਂਗੇ। ਮਾਸ਼ਾਅੱਲਾ ਬੜੀ ਖੂਬਸੂਰਤ ਗਾਂ ਹੈ, ਕੈਮਰਾਮੈਨ ਸਾਹਿਬ ਗਾਂ ਦਿਖਾਓ, ਉਸ ਤੋਂ ਬਾਅਦ ਫਿਰ ਮਾਲਕ ਨਾਲ ਕਰਦੇ ਹਾਂ ਗੱਲਾਂ ਕੀ ਹਿਸਾਬ ਕਿਤਾਬ ਹੈ। ਇਹ ਜਨਾਬ ਗਾਂ ਹੈ, ਸਹੀਵਾਲ ਦੇ ਵਿੱਚ ਕ੍ਰੋਸ ਹੈ, ਕਾਲਾ ਅਤੇ ਜਨਾਬ ਇਹਦਾ ਸਫੈਦ ਡੱਬ ਨੇ ਔਰ ਤੁਸੀਂ ਇਹ ਵੇਖਦੇ ਪਿਓ ਇਸ ਗਾਂ ਦੀ ਲੋਕੇਸ਼ਨ। ਇਹ ਬੜੀ ਆਲਾ ਨਸਲ ਦੀ ਇਹ ਗਾਂ ਹੈ, ਇਹ ਬੜੀ ਕੈਮਰਾ ਨਾਲ ਬੜੀ ਮੁਹੱਬਤ ਕਰਦੀ ਪਈ ਹੈ। ਇਹ ਤੁਸੀਂ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਔਰ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਦਿਖਾ ਰਿਹਾ ਕਿ ਇਹਦੇ ਕੋਲ ਮਾਸ਼ਾਅੱਲਾ ਬੜਾ ਖੂਬਸੂਰਤ ਹੈਵਾਨਾ ਹੈ ਔਰ ਪੂਰੀਆਂ ਮੁੱਠਾਂ ਦੇ ਥਾਣ ਹੈ, ਬੜੀ ਆਲਾ ਔਰ ਦੁੱਧ ਦੀ ਇੰਨੀ ਇਹਦੀ ਕਪੈਸਿਟੀ ਹੈ, ਤੁਸੀਂ ਦੇਖਦੇ ਪਏ ਉਹ ਹਿਲਦੀ ਹੈ ਅਤੇ ਥਾਣਾਂ ਵਿੱਚੋਂ ਦੁੱਧ ਨਿਕਲਦਾ ਹੈ। ਇਹ ਜਾਨਵਰ ਦੁੱਧ ਵਾਲਾ ਹੋਵੇ ਤਾਂ ਕੰਮ ਹੁੰਦਾ ਹੈ, ਜਿਹਦੇ ਕੋਲ ਵਿਚਾਰੀ ਕੋਲ ਹੋਵੇ ਡੇਢ ਸਿਰ ਉਹਨੇ ਕੀ ਨਿਕਲਣਾ ਵਿੱਚੋਂ ਜਾਂ ਕੀ ਨਹੀਂ ਨਿਕਲਣਾ। ਇਹ ਜਨਾਬ 2 ਦਿਨ ਦੀ ਸੂਈ ਹੈ, ਸੱਜਰ ਹੈ ਜਨਾਬ ਇਹ ਗਾਂ ਹੈ, ਇਹ ਤੁਸੀਂ ਵੇਖਦੇ ਪਿਓ ਇਹ ਦੂਸਰੀ ਸਾਈਡ ਹੈ ਔਰ ਦੁੱਧ ਦੇ ਵਿੱਚੋਂ ਨਿਕਲਦਾ ਪਿਆ, ਥੋੜ੍ਹਾ ਜਿਹਾ ਪੈਰ ਦਬਾਉਂਦੀ ਹੈ ਅਤੇ ਇੰਨੀ ਪੋਲੀ ਹੈ ਔਰ ਚੰਗੀ ਹੈ, ਇਹ ਥੱਬਿਆਂ ਦੇ ਚੱਡੇ ਲਈ ਫਿਰਦੀ ਹੈ ਔਰ ਬੜੀ ਆਲਾ ਨਸਲ ਦੀ ਜਨਾਬ ਇਹ ਗਾਂ। ਮੇਰੀ ਕੈਮਰੇ ਦੀ ਨਜ਼ਰ ਹੈ ਸਹੀਵਾਲ ਦੇ ਵਿੱਚ ਕ੍ਰੋਸ ਹੈ, ਬੜੀ ਖੂਬਸੂਰਤ ਹੈ, ਇਹ ਤੁਸੀਂ ਵੇਖਦੇ ਪਿਓ ਔਰ ਤੁਹਾਨੂੰ ਲੰਮੀਆਂ ਗੱਲਾਂ ਸੁਣਾਉਣ ਦੀ ਲੋੜ ਨਹੀਂ, ਤੁਸੀਂ ਆਪ ਮਾਸ਼ਾਅੱਲਾ ਸਿਆਣੇ ਹੋ ਔਰ ਸਾਰੀ ਚੀਜ਼ਾਂ ਜਿਹੜੀਆਂ ਨੇ ਅਸੀਂ ਤਸੱਲੀ ਨਾਲ ਤੁਹਾਨੂੰ ਦਿਖਾਉਂਦੇ ਹਾਂ, ਕਿਸੇ ਕਿਸਮ ਦਾ ਕੋਈ ਵਾਧਾ ਘਾਟਾ ਨਾ ਰਹਿ ਜਾਵੇ। 2 ਦਿਨ ਦੀ ਇਹ ਸੂਈ ਹੋਈ ਇਹ ਗਾਂ ਹੈ ਔਰ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਦੇ ਨਾਲ ਇੱਕ ਚੀਜ਼ ਦਿਖਾ ਰਿਹਾ, ਤੁਸੀਂ ਫਾਈਨਲੀ ਤੌਰ 'ਤੇ ਇਨਸ਼ਾਅੱਲਾ ਵੇਂਦੇ ਪਿਓ। ਇਹਦੇ 'ਚ ਕੋਈ ਲੁੱਕ ਨਹੀਂ ਹੈ, ਕੋਈ ਓਹਲਾ ਨਹੀਂ ਹੈ, ਕੋਈ ਕੁਛ ਨਹੀਂ ਹੈ, ਇਸ ਗਾਂ ਦੇ ਕੋਲ ਵਾਕਈ ਮਾਸ਼ਾਅੱਲਾ ਦੁੱਧ ਵੀ ਨਹਿਰਾਂ ਨੇ ਔਰ ਇਹ ਨਹਿਰਾਂ ਬਹਾ ਦੇਗੀ, ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਬਣੇਗੀ ਔਰ ਇਨਸ਼ਾਅੱਲਾ ਇਹ ਚੀਜ਼ਾਂ ਇਹ ਤੁਹਾਡੀਆਂ ਮੁਹੱਬਤਾਂ ਔਰ ਪਿਆਰ ਦਾ ਜਨਾਬ ਇਹ ਪੈਕਰ ਹੈ, ਹੋਰ ਕੁਛ ਨਹੀਂ। ਇਹ ਪਿੱਛੇ ਵੱਛੀ ਹੈ ਜੀ, ਲਾਲ ਰੰਗ ਦੀ ਵੱਛੀ, ਤੁਸੀਂ ਵੇਖਦੇ ਪਿਓ ਅਜੇ ਨਾੜਵਾ ਨਾਲ ਖੜਾ, 2 ਦਿਨ ਦੀ ਇਹ ਸੂਈ ਹੋਈ ਹੈ, ਇਹ ਲਾਲ ਰੰਗ ਦੀ ਵੱਛੀ ਇਹਦੇ ਪਿੱਛੇ ਹੈ ਔਰ ਜਨਾਬ ਮਾਲਕ ਨਾਲ ਗੱਲਾਂ ਸਾਰੀਆਂ ਕਰਾਂਗੇ ਇਹਦਾ ਕੀ ਹਿਸਾਬ ਕਿਤਾਬ ਹੈ ਔਰ ਇਹ ਜਨਾਬ ਕਿੰਨੇ ਦਿਨ ਦੀ ਸੂਈ ਹੈ। ਅਸੀਂ ਪੂਰੀ ਇਹਦੀ ਲੋਕੇਸ਼ਨ ਤੁਹਾਨੂੰ ਦਿਖਾ ਰਹੇ ਹਾਂ, ਗਾਂ ਕੋਲ ਮਾਸ਼ਾਅੱਲਾ ਤੁਰਿਆ ਨਹੀਂ ਜਾਂਦਾ, ਇੰਨਾ ਵੱਡਾ ਇਹਦੇ ਕੋਲ ਹਵਾਨਾ ਹੈ, ਅੱਗੇ ਵੀ ਹੈ ਪਿੱਛੇ ਵੀ ਹੈ ਔਰ ਗਾਂ ਨੂੰ ਵੇਖਣ ਵਾਸਤੇ ਬੰਦੇ ਵੀ ਆਏ ਹੋਏ ਨੇ। ਤੁਸੀਂ ਐਵੇਂ ਦੇ ਪਏ ਨੂੰ ਕਿ ਐਡੀ ਚੰਗੀ ਗਾਂ ਤਕੜੀ ਇਸ ਡੇਰੇ ਦੇ ਉੱਤੇ, ਇਹ ਜਨਾਬ ਘਰ ਵਿੱਚ ਇਹ ਗਾਂ ਖੜੀ ਹੈ, ਲੈਣਾ ਦੇਣਾ ਮੁਕੱਦਰ ਹੈ, ਹਮੇਸ਼ਾ ਖੂਬਸੂਰਤ ਅਤੇ ਬਿਹਤਰੀਨ ਜਾਨਵਰ ਆਪਣਾ ਦੇਸ਼ ਪੰਜਾਬ ਟੀਵੀ ਤੁਹਾਡਾ ਵੀ ਨਦੀਮ ਖਰਾ ਤੁਹਾਨੂੰ ਦਿਖਾਉਂਦਾ ਹੈ ਕਿ ਯਾਰ ਕਿਸੇ ਕਿਸਮ ਦਾ ਕੋਈ ਵਾਧਾ ਘਾਟਾ ਨਾ ਰਹੇ ਔਰ ਇਹ ਜਨਾਬ ਤੁਹਾਡੇ ਵਾਸਤੇ ਅਨਮੋਲ ਅਤੇ ਬਿਹਤਰੀਨ ਜਾਨਵਰ ਆਪਣਾ ਦੇਸ਼ ਪੰਜਾਬ ਟੀਵੀ 'ਤੇ ਹੁੰਦੇ ਨੇ ਔਰ ਤੁਸੀਂ ਵੇਖਦੇ ਪਿਓ ਮਾਸ਼ਾਅੱਲਾ ਬੜੀ ਖੂਬਸੂਰਤ ਗਾਂ ਹੈ ਔਰ ਮਾਸ਼ਾਅੱਲਾ ਇਹਦੇ ਕੋਲ ਹੈਵਾਨਾ ਬਹੁਤ ਬੜਾ ਹੈ, ਲੈਣੇ ਦੇਣੇ ਮੁਕੱਦਰ ਨੇ। ਹਮੇਸ਼ਾ ਅਸੀਂ ਤੁਹਾਡੇ ਵਾਸਤੇ ਚੰਗੇ ਅਤੇ ਬਿਹਤਰੀਨ ਜਾਨਵਰ ਲੈ ਕੇ ਆਉਂਦੇ ਹਾਂ ਕਿ ਯਾਰ ਸਾਰੇ ਕਹਿਣ ਕਿ ਵਾਕਈ ਨਦੀਮ ਖਰਲ ਮਿਹਨਤ ਕਰਦਾ ਹੈ ਔਰ ਆਪਣਾ ਦੇਸ਼ ਪੰਜਾਬ ਟੀਵੀ ਤੁਹਾਡੇ ਵਾਸਤੇ ਹਮੇਸ਼ਾ ਖੂਬਸੂਰਤ ਅਤੇ ਬਿਹਤਰੀਨ ਜਾਨਵਰ ਲੈ ਕੇ ਆਉਂਦਾ। ਇਹ ਸਹੀਵਾਲ ਦੇ ਵਿੱਚ ਕ੍ਰੋਸ ਗਾਂ, ਬੜੀ ਆਲਾ ਨਸਲ ਦੀ ਹੈ ਔਰ ਤੁਸੀਂ ਵੇਖਦੇ ਪਏ ਹੋ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਅੱਜ ਦੀ ਵੀਡੀਓ ਵੇਖ ਕੇ ਔਰ ਜਨਾਬ ਤੁਸੀਂ ਜਦੋਂ ਵੀ ਇਹ ਟੱਚ ਕਰਨੀ ਹੈ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਮੇਰੇ 0300-97-58 ਵਾਲੇ ਨੰਬਰ 'ਤੇ ਕਿ ਜਨਾਬ ਇਹ ਪੂਰੀ ਤਸੱਲੀ ਅਸੀਂ ਇਹਦੀ ਕਰਾਉਣੀ ਹੈ, ਕੋਈ ਵਾਧਾ ਘਾਟਾ ਨਾ ਰਹਿ ਜਾਵੇ ਕਿਸੇ ਕਿਸਮ ਦਾ, ਕਿਉਂਕਿ ਗਾਂ ਜਿਹੜੀ ਹੈ ਹੀ ਬੜੀ ਆਲਾ ਅਤੇ ਅਸੀਂ ਵੀ ਆਪਣੀ ਤਸੱਲੀ ਕਰਾਉਣੀ ਹੈ। ਬਾਕੀ ਚਾਚੇ ਨਾਲ ਕਰਾਂਗੇ ਸਾਰੀਆਂ ਗੱਲਾਂ ਔਰ ਚਾਚਾ ਇਨਸ਼ਾਅੱਲਾ ਆਪਾਂ ਨੂੰ ਰਾਜ਼ੀ ਕਰੇਗਾ, ਅਸੀਂ ਚਾਚੇ ਨਾਲ ਕਰਦੇ ਹਾਂ ਗੱਲਾਂ। ਅਤੇ ਜਨਾਬ ਇਹ ਤਸੱਲੀ ਕਰਾਓ ਕੈਮਰਾਮੈਨ ਸਾਹਿਬ ਅਤੇ ਚਾਚਾ ਜੀ, ਜਰਾ ਆਓ ਬਿਸਮਿਲ੍ਲਾ ਕਰੀਏ ਆਪਾਂ ਅਤੇ ਇਸ ਗਾਂ ਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਦਿਓ। ਇੱਥੇ ਆਓ, ਇੱਥੇ ਮੇਰੇ ਕੋਲ, ਇੱਦਾਂ ਮੇਰੇ ਕੋਲ ਆਓ ਕੈਮਰਾਮੈਨ, ਥੋੜ੍ਹਾ ਜਿਹਾ ਅੱਗੇ ਆ ਜਾਓ ਭਾਈ ਜਾਨ, ਕੁਛ ਵੀ ਨਹੀਂ ਹੁੰਦਾ ਤੁਹਾਨੂੰ ਆਉਂਦਾ, ਕੋਈ ਤੁਹਾਨੂੰ ਗੋਲੀ ਨਹੀਂ ਆ ਰਹੀ ਇਸ ਪਾਸ ਜੋ ਤੁਹਾਨੂੰ ਵੱਜ ਜਾਏਗੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਚਾਚਾ ਜੀ ਪੂਰਾ ਨਾਮ ਦੱਸੋ। ਨਾਸਰ ਇਕਬਾਲ। ਨਾਸਰ ਇਕਬਾਲ, ਤਬੀਅਤ ਸਿਹਤ ਦਾ ਕੀ ਹਾਲ ਹੈ? ਅੱਲਾ ਦੀ ਰਹਿਮਤ ਹੈ ਜੀ। ਠੀਕ ਠਾਕ ਹੋ ਜੀ? ਚਾਚਾ ਜੀ ਜਿਹੜੀ ਗਾਂ ਵਿਖਾਈ ਹੈ ਜੀ, ਇਹ ਕਿਹੜਾ ਕ੍ਰਾਸ ਹੈ? ਇਹ ਥੋੜਾ ਜਿਹਾ ਸਹੀਵਾਲ ਦੇ ਵਿੱਚ ਕ੍ਰਾਸ ਹੈ। ਹਾਂਜੀ, ਥੋੜਾ ਜਿਹਾ ਸਹੀਵਾਲ ਫ੍ਰੀਜ਼ਨ ਤੇ ਸਹੀਵਾਲ ਦੇ ਵਿੱਚ ਕ੍ਰਾਸ ਹੈ ਜੀ। ਚਾਚਾ ਜੀ ਕਿੰਨੇ ਦਿਨ ਦੀ ਸੂਈ ਹੋਈ ਹੈ? ਇਹ 2 ਦਿਨ ਦੀ ਸੂਈ ਹੈ ਜੀ। 2 ਦਿਨ ਦੀ ਸੂਈ ਹੋਈ ਹੈ। ਹੁਣ ਜਿਹੜਾ ਦੁੱਧ ਹੈ ਪੂਰਾ, ਇਹਦੇ ਕੋਲ 2 ਟਾਈਮ ਦਾ ਜਿਹੜਾ ਇਹਦੇ 'ਚ
محبت پیار والا مول کرو گنی پنڈ نہ کرایا جی چکی نہ چار پانچ بندے رلنا پینا مول تو چار لاکھ مانگنے دورو آیا تیرے کو ساڑھے تین لاکھ لوا گے پکی گل ساڑھے تین لاکھ کوئی حیا کوئی محبت بگی داڑ دیوال نکے نکے دو تین آئے پہنے واسطے جدو تو آئے گا تیرا حیا بھی کرا گے حیا بھی ہوئے گا ان شاء اللہ ساڑھے تین لاکھ روپیہ مل کیا چوبی لیٹر دھد ہوں دو دن کی سوئی چوا کے دینا چاچا نصر اقبال کا کہنا ہے اور جنا دودھ کرے گی تی تو بتی لیٹر میں کہنا پہ چاچا تی کہنا پہ انہیں دھد کہ کرنگی اور ان شاء اللہ کو بتا بیانہ کر لے تو اِسی جناب انہوں چوا کے بھی دیا گے یہ سارا کچھ تسلی کر کے کرتے دیا گے امید ہے اج والی ویڈیو بے حد پسند آئے گی تمہیں اپنا بہت سارا خیال رکھا جی ملا گا اچھی اور بہترین ویڈیو نال اللہ نگہبان